काले बिलों के खिलाफ। अज जिथे कोई जाऊगा काले झंडे ते कालियां पग्गा मिलनगियां। मनू साडी दात्री, असी मनू दे सोए, जो जो मनू वधदा असी दून सवल्ले होए। जिवें चूने की छत ते जिन्ने वार करोगे ना उन्नी तगड़ी होगी। उस तरह जिन्ना पंजाब के खिलाफ जाणगे ਉਹਨਾਂ ਪੰਜਾਬ ਸੁਰਖਰੂ ਹੋਊਗਾ। ਸਾਰੇ ਚੁਣੇ ਨੁਮਾਇੰਦੇ ਸਾਰੇ MLA 117 ਦੇ ਵਿੱਚੋਂ 99% ਕਹਿ ਰਹੇ ਹੈ ਬਿੱਲ ਨੂੰ ਲਾਗੂ ਨਹੀਂ ਹੋਣ ਦੇਵਾਂਗੇ, ਰੱਦ ਕਰਾਂਗੇ। ਸਾਰੀਆਂ ਕਿਸਾਨ ਯੂਨੀਅਨਾਂ ਕਹਿ ਰਹੀਆਂ ਨੇ ਵੀ ਬਿੱਲ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਸਾਰਾ ਪੰਜਾਬ ਕਹਿ ਰਿਹਾ ਵੀ ਬਿੱਲ ਨੂੰ ਲਾਗੂ ਨਹੀਂ ਹੋਣ ਦੇਵਾਂਗੇ। ਫਿਰ ਫੇਲ ਹੋਇਆ ਬਿੱਲ ਅਮਰੀਕਾ ਦੇ ਤੇ ਯੂਰਪ ਦੇ, ਸਾਡੇ ਤੇ ਥੋਪੇ ਚ ਜਾ ਰਹੇ ਹੈ, ਸਾਡੇ ਤੇ ਮਰੇ ਚ ਜਾ ਰਹੇ ਹੈ। ਮੈਂ ਕਹਿੰਦਾ ਇਹ ਡੈਮੋਕ੍ਰੇਸੀ ਹੈ ਵੀ ਕਿਤੇ ਫੇਲ ਹੋਇਆ। ਪੰਜਾਬ ਦੀ ਸਕਸੈਸਫੁਲ ਮਾਡਲ ਸਾਡੀਆਂ 3-4 ਪੁਸ਼ਤਾਂ ਨੇ ਖੂਨ ਪਸੀਨਾ ਵਹਾ ਕੇ, 5 ਲੱਖ ਮੰਡੀ ਦੇ ਮਜ਼ਦੂਰਾਂ ਨੇ ਖੂਨ ਪਸੀਨਾ ਵਹਾ ਕੇ, 30,000 ਆੜ੍ਹਤੀਆਂ ਨੇ ਖੂਨ ਪਸੀਨਾ ਵਹਾ ਕੇ ਜਿਹੜਾ ਇਨਫਰਾਸਟ੍ਰਕਚਰ ਖੜਾ ਕੀਤਾ ਹੈ ਉਹਨੂੰ ਅਸੀਂ ਛੱਡ ਦਈਏ। ਤੁਹਾਡੀ ਫ੍ਰੀ ਮਾਰਕੀਟ ਦੀ ਤੁਸੀਂ ਗੱਲ ਕਰਦੇ ਹੋ, ਉਹ ਮੈਨੂੰ ਇਹ ਤਾਂ ਦੱਸ ਦਿਓ ਵੀ ਜਿੱਥੇ ਇਹ ਮੰਡੀਆਂ ਹੈ ਨਹੀਂ, ਜਿਹੜੇ ਸਟੇਟਾਂ 'ਚ ਮੰਡੀਆਂ ਹੈ ਨਹੀਂ, ਉੱਥੇ ਕਿਸਾਨ ਦਾ ਕੀ ਹਾਲ ਹੈ? ਅਸੈਂਸ਼ੀਅਲ ਕਮੋਡਿਟੀਜ਼ ਦੇ ਵਿੱਚੋਂ ਅੰਨ ਕੱਢਤਾ। ਉਹ ਅਸੀਂ ਤਾਂ ਕਹਿੰਦੇ ਰੋਟੀ ਕੱਪੜਾ ਮਕਾਨ, ਕੀ ਰੋਟੀ ਅਸੈਂਸ਼ੀਅਲ ਕਮੋਡਿਟੀ ਨਹੀਂ? ਗਰੀਬ ਦੇ ਘਰ ਦੀ ਰੋਟੀ ਸਭ ਤੋਂ ਵੱਡੀ ਅਸੈਂਸ਼ੀਅਲ ਕਮੋਡਿਟੀ ਹੈ। ਹੋਰਡਿੰਗ ਕਰਨ ਵਾਲੇ, ਜਮਾਬੰਦੀ ਜਮਾ ਕਰਨ ਵਾਲਾ ਸਮਾਨ, ਹੋਰਡਿੰਗ ਕਰਨ ਵਾਲਿਆਂ ਨੂੰ ਤੁਸੀਂ ਲੀਗਲਾਈਜ਼ ਕਰਤਾ, ਉਹਨੂੰ ਲੈਜੀਟੀਮਾਈਜ਼ ਕਰਤਾ। ਉਹ ਸਮਾਨ ਨੂੰ ਆਪਣੇ ਕੋਲ ਰੱਖ ਕੇ 50 ਗੁਣਾ 100 ਗੁਣਾ ਵੇਚਣਗੇ। ਫੂਡ ਇਨਫਲੇਸ਼ਨ ਆਊ ਔਰ ਫੂਡ ਦੀਆਂ ਪ੍ਰਾਈਸਿਸ ਵਧਣਗੀਆਂ। ਮੈਂ ਕਹਿੰਦਾ ਪੰਜਾਬ ਦਾ ਹਰ ਬੰਦਾ ਹਰ ਪਾਰਟੀ ਇਕੱਠੀ ਹੋ ਕੇ ਜਦੋਂ ਲੜੂਗੀ ਬਿੱਲ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ। ਇੱਥੇ ਆਪਣੇ ਲਈ ਆਇਆ ਕਿਉਂਕਿ ਕਿਸਾਨ ਮੇਰੇ ਪ੍ਰਾਣ ਨੇ, ਕਿਸਾਨ ਮੇਰੀ ਜਾਨ ਹੈ, ਕਿਸਾਨ ਮੇਰੀ ਪੱਗ ਹੈ। ਸਾਡੀ ਪੱਗ ਨੂੰ ਹੱਥ ਪਾਇਆ ਇਹਨਾਂ ਨੇ, ਸਾਡੀ ਗੈਰਤ ਨੂੰ ਹੱਥ ਪਾਇਆ ਇਹਨਾਂ ਨੇ, ਸਾਡੇ ਇਮਾਨ ਨੂੰ ਹੱਥ ਪਾਇਆ ਇਹਨਾਂ ਨੇ, ਸਾਡੇ ਅਸਤਿਤਵ ਨੂੰ ਹੱਥ ਪਾਇਆ ਇਹਨਾਂ ਨੇ। ਇਸ ਕਰਕੇ ਇਹ ਲੜਾਈ, ਇਨਕਲਾਬ ਨੂੰ ਹਲਾਰਾ ਸਾਨੂੰ ਦੇਣਾ ਪੈਣਾ।